ਖਾਸ ਕਰਕੇ ਇਹਨੂੰ ਲੈ ਕੇ ਚੱਲ ਰਿਹਾ ਚਮਕੀਲੇ ਨੂੰ, ਹਾਂਜੀ ਇਹਦਾ ਖੁੱਲ੍ਹ ਕੇ ਤੁਸੀਂ ਡਿਟੇਲ ਬਸ ਕੁਛ ਕਹਿ ਚੁੱਕੇ ਤਾਂ ਉਹਦੇ ਉੱਪਰ ਜ਼ਿਆਦਾ ਨਾ ਕਹਿਵਾਂ ਮੈਂ। ਨਹੀਂ ਕੋਈ ਇਹਨੇ ਕਹਿੰਦਾ ਹੁੰਦਾ ਕਿ ਅੱਜ ਜਿੰਨੇ ਇਤਿਹਾਸਕਾਰ ਆ ਸੋ ਕਾਲ ਖਾੜਕੂ ਹੈ, ਤੇ ਬਰਸਾਤੀ ਡੱਡੂ ਵਾਂਗੂ ਟੈਂਟਾਂ ਕਰਨ ਲੱਗ ਜਾਂਦੇ ਆ ਜਦ ਇੱਦਾਂ ਮੌਕਾ ਹੁੰਦਾ, ਯਾ ਤੇ ਬਿਲਕੁਲ ਹੁਣ ਜੇ ਫਰਜ਼ ਕਰ ਲਓ ਉਹ ਅਸ਼ਲੀਲ ਗਾਣੇ ਜਾਂ ਕੁਛ ਵੀ ਕਹਿੰਦਾ ਸੀ, ਭਾਵੇਂ ਤੁਸੀਂ ਬੜੇ ਤਰੀਕੇ ਨਾਲ ਦੱਸ ਚੁੱਕੇ ਕਿ ਏਡੇ ਗ੍ਰੰਥਾਂ ਵਿੱਚ ਜੋ ਲਿਖਿਆ ਹੋਇਆ ਹੈ ਤੇ ਉਹਦੇ ਬਾਰੇ ਨਹੀਂ ਕੁਛ ਕਹਿੰਦੇ ਐਨੀ। ਤੇ ਇੱਕ ਇੱਥੇ UK ਦੇ ਕਿਸੇ ਬੰਦੇ ਦਾ ਜ਼ਿਕਰ ਕੀਤਾ ਸੀ ਤੁਸੀਂ, ਲਖਸ਼ਿੰਦਰ ਡਲੇਵਾਲ, ਹਾਂਜੀ ਤੇ ਕਿਉਂਕਿ ਜਿੰਨਾ ਕੁ ਮੈਨੂੰ ਪਤਾ ਜਿਹੜੇ ਇਹਦੇ ਨਾਲ ਹੁੰਦੇ ਸੀਗੇ ਇਹਦੇ ਇੱਥੇ UK ਆਉਣ ਤੋਂ ਪਹਿਲਾਂ ਪੰਜਾਬ 'ਚ, ਉਹਨਾਂ ਤੋਂ ਜੋ ਚੀਜ਼ ਪਤਾ ਚੱਲੀ ਹੈ ਇਹ ਬਹੁਤ ਵੱਡੇ ਯੋਧੇ ਸੀਗੇ, ਤੇ ਕੇਸ ਵੀ ਇਹਦੇ ਉੱਪਰ ਬਹੁਤ ਵੱਡਾ ਕੇਸ ਸੀਗਾ, ਉਹ ਕੇਸ ਸੀਗਾ ਹਾਸਾ ਵੀ ਆਉਂਦਾ ਉਹ ਸੀਗਾ ਸਾਈਕਲ ਚੋਰੀ ਦਾ, ਤਾਂ ਇਹਨੂੰ ਇਹ ਸਾਈਕਲ ਚੋਰ ਕਰਕੇ ਬੁਲਾਉਂਦੇ ਹੁੰਦੇ ਸੀ, ਰਾਈਟ। ਯਾ ਤੇ ਦੂਜੀ ਗੱਲ ਇਹ ਹੈ ਕਿ ਇਹ ਇਹਨਾਂ ਕੋਲੋਂ ਉਹ ਲੈਣ ਜਾਂਦੇ ਹੁੰਦੇ ਸੀ ਜਿਵੇਂ ਉਹਨਾਂ ਦੱਸਿਆ ਗੋਲੀ ਸਿੱਕਾ, ਹੁਣ ਬੰਦਾ ਸੋਚੇ ਐਨਾਲਿਸਿਸ ਕਰੇ ਕਿ ਇਹਦੇ ਕੋਲ ਗੋਲੀ ਸਿੱਕਾ ਕਿੱਥੋਂ ਆਉਂਦਾ ਸੀ, ਕੋਈ ਫੈਕਟਰੀ ਲੱਗੀ ਸੀ, ਜਿਹੜੇ ਦਿੰਦੇ ਸੀ ਇੰਟੈਲੀਜੈਂਸ ਹੈ ਪੁਲਿਸ ਹੈ ਤਾਂ ਉਹਨਾਂ ਨੂੰ ਇਹ ਖਬਰ ਵੀ ਦਿੰਦੇ ਹੁੰਦੇ ਸੀ ਇਹੋ ਜਿਹਾ ਕਿ ਕੌਣ ਕੌਣ ਲੈ ਕੇ ਜਾਂਦਾ, ਏਦਾਂ ਦੇ ਖੋਰ ਸੀਗਾ ਜਿਹਦਾ ਮੈਨੂੰ ਪੂਰਾ ਪੁਖਤਾ ਪਤਾ ਹੈ ਕਿ ਉਹ ਕਹਿਣ ਇਹਦੇ ਕੋਲੋਂ ਲੈ ਕੇ ਜਾਂਦੇ ਆ, ਫੜੇ ਜਾਂਦੇ ਆ 3-4 ਕੇਸ ਹੋਏ, ਤਾਂ ਫਿਰ ਪੁਲਿਸ ਇੰਟੈਲੀਜੈਂਸ ਉਹਨਾਂ ਨੂੰ ਸਾਂਭਦੀ ਆ ਕਿ ਇਹ ਤਾਂ ਖਤਰਾ ਪੈ ਗਿਆ, ਤਾਂ ਉਹ ਵਿਥ ਫੈਮਿਲੀ ਇਹ ਬੰਦੇ ਕੱਢੇ ਤੇ ਕੱਢਦੇ ਆ ਉੱਥੋਂ। ਯਾ ਪੰਜਾਬ ਸੀਗਾ ਟ੍ਰਬਲਡ ਏਰੀਆ ਜਿਵੇਂ ਨਾਗਾਲੈਂਡ ਮਿਜ਼ੋਰਮ ਸ਼ੁਰੂ ਤੋਂ ਆ, ਉਸ ਵਕਤ ਤੁਹਾਨੂੰ ਵੀ ਪਤਾ ਸਾਰਿਆਂ ਨੂੰ, ਮਾੜਾ ਜਿਹਾ ਬੰਦੇ ਆਮ ਥੋੜ੍ਹਾ ਦਿਮਾਗ ਲਾਉਣ ਸੋਚਣ ਕਿ ਪਾਸਪੋਰਟ ਬਣਾਉਣ ਵਾਸਤੇ ਪਹਿਲਾਂ ਇਨਕੁਆਇਰੀ ਹੁੰਦੀ ਆ ਥਾਣੇ ਚੋਂ ਪੂਰੀ ਕਿ ਠੀਕ ਠਾਕ ਆ ਸਭ ਕੁਛ, ਹੁਣ ਇਹਨਾਂ ਦਾ ਇੱਕਦਮ ਓਵਰਨਾਈਟ ਵਿਦ ਫੈਮਿਲੀ ਸਾਰੇ ਪੇਪਰ ਬਣ ਜਾਣ, ਕਿਉਂਕਿ ਇੱਕ ਮੁਲਕ ਦੀ ਇੰਟੈਲੀਜੈਂਸ ਦੂਜੇ ਮੁਲਕ ਦੀ ਇੰਟੈਲੀਜੈਂਸ ਮਿਲ ਕੇ ਕੰਮ ਕਰਦੀ ਆ, ਉਹ ਕਹਿੰਦੇ ਵੀ ਇਹਦਾ ਵੀਜ਼ਾ ਵੂਜ਼ਾ ਲਾ ਦਿਓ। ਨਾਲੇ ਜੀ 85 ਦੇ ਲਗਭਗ ਤਾਂ ਪੰਜਾਬ ਦੇ ਵਿੱਚ ਇੱਕ ਹੋਰ ਪੰਗਾ ਪੈ ਗਿਆ ਸੀ, ਭਈ PCC ਲਈ UT ਰਿਪੋਰਟ ਮੰਗਣ ਲੱਗ ਪਏ ਸੀ ਉਹ, ਬੱਲੇ 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 ਬੱਲੇ। ਯੂਨੀਅਨ ਟੈਰੀਟਰੀ ਚੰਡੀਗੜ੍ਹ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੀ, ਉਹ ਯੂਨੀਅਨ ਟੈਰੀਟਰੀ ਸੀ, ਸਿੱਧੀ ਸੈਂਟਰ ਦੀ ਸਰਕਾਰ ਚਾਹੁੰਦੀ ਸੀ ਵੀ ਜੇ ਪੰਜਾਬ ਦੇ ਬੰਦੇ ਨੇ ਬਾਹਰ ਜਾਣਾ ਆ ਪਹਿਲਾਂ ਇੱਕ ਰਿਪੋਰਟ UT ਰਿਪੋਰਟ ਉਹਨੂੰ ਕਹਿੰਦੇ ਸੀ ਵੀ ਉਹ ਵੀ ਲਈ ਜਾਵੇ। ਵਾਹ 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 ਵਾਹ। ਮੇਰੀ ਕੋਈ ਜੇ ਆਵਾਜ਼ ਕੁਛ ਫਰਕ ਹੈ ਕਿ ਮੈਨੂੰ ਥੋੜਾ ਹੈਗਾ ਸਾਈਨਸ ਦੀ ਪ੍ਰੋਬਲਮ, ਜੇ ਕੋਈ ਗੱਲ ਨਹੀਂ 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 ਠੀਕ 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 ਹੈ ਠੀਕ ਹੈ ਜੀ ਠੀਕ ਹੈ ਕੋਈ ਗੱਲ। ਤੇ ਆਹ ਸੀਗਾ ਇਹਨਾਂ ਦਾ, ਤੇ ਜਿਹੜੀ ਗੱਲਾਂ ਇਹਨਾਂ ਤੋਂ ਸੁਣੀਆਂ ਕਿੰਨੀ ਬਹਾਦਰੀ ਨਾਲ ਗੱਲ ਕਰਦੇ ਧਿਆਨ ਨਾਲ ਸੁਣਿਓ, ਕਹਿੰਦੇ ਆਹੀ ਡੱਲੇਵਾਲ ਵਰਗੇ ਇਹ ਇੱਕੋ ਦੇ ਹੀ ਜੀ ਦੋ ਪੁਲਿਸੀਏ ਸੀਗੇ ਕਿ CRP ਦੇ ਕਿ ਹੋਮਗਾਰਡ ਦੇ, ਕਹਿੰਦਾ ਅਸੀਂ ਮਾਰਿਆ ਬ੍ਰਸ਼ਟ ਉਹ ਲੱਦ ਕੇ ਮਾਰੇ, ਇਹਨਾਂ ਕਰਕੇ ਹੀ ਤਾਂ ਨੁਕਸਾਨ ਹੋਇਆ ਉੱਥੇ। ਹੁਣ ਅੱਬੇ ਇੱਕ ਬੰਦਾ ਉਹਦਾ ਨੌਕਰੀ ਕਰ ਰਿਹਾ ਸਰਵਿਸ, ਹੁਣ ਤੁਸੀਂ ਉਹਨਾਂ ਨੂੰ ਬਹਾਦਰ ਇਹ ਨਾ ਕੀਤਾ ਕਿ ਨਹੀਂ ਕੀਤਾ ਕਿ ਫੁਕਰੀਆਂ ਥੋੜੀ ਮਾਰਨੀ ਹੁੰਦੀਆਂ, ਤੇ ਇੱਧਰ ਆ ਕੇ ਇਹਨਾਂ ਨੂੰ। ਤੇ ਹੋਰ ਚੀਜ਼ ਦੱਸਾਂ, ਮੇਰਾ ਬੈਰਿਸਟਰ ਬੈਰਿਸਟਰ ਬਹੁਤ ਵੱਡੀ ਪੋਸਟ ਹੁੰਦੀ ਹੈ,
ਉਹਦੇ ਮੂੰਹੋਂ ਜਿਹੜੀ ਗੱਲ ਮੈਂ ਸੁਣੀ, ਬਿਲਕੁਲ ਬਿਲਕੁਲ ਭਾਅ ਜੀ ਗੁਰਸਿੱਖ ਰਿਹਾ ਨਹੀਂ, ਉਹਨੇ ਕੇਸ ਵੀ ਕਈ ਲੜੇ ਏਦਾਂ ਉਹਨਾਂ ਨੇ, ਉਹਦੇ ਮੂੰਹੋਂ ਜਿਹੜਾ ਮੈਂ ਸੁਣਿਆ, ਕਹਿੰਦਾ ਜਿੰਨੀਆਂ ਉੱਥੋਂ ਇਸ ਟ੍ਰਬਲ ਟਾਈਮ 'ਚ ਵਿਥ ਫੈਮਿਲੀ ਬਾਹਰ ਬੰਦੇ ਨਿਕਲੇ ਆ, ਸਹੀ ਰਸਤੇ ਤੋਂ ਆਏ ਆ ਏਅਰਪੋਰਟ ਤੋਂ, ਕੋਈ ਵਿਰਲਾ ਹੀ ਛੱਡ ਦੋ, ਸਾਰੇ ਕਹਿੰਦਾ ਉੱਥੋਂ ਕੱਢੇ ਆ ਏਜੰਸੀਆਂ ਨੇ, ਫਿਰ ਇਹਨਾਂ ਨੂੰ ਇੱਧਰ ਆਪਣਾ ਸੈਟਲ ਕਰਾਉਣਾ। ਕਹਿੰਦਾ ਤੁਹਾਡੇ ਲੰਡਨ 'ਚ ਹੈਰਾਨ ਹੋ ਜਾਓਗੇ ਸੁਣੇ, ਕਹਿੰਦਾ ਤੁਹਾਡੇ ਲੰਡਨ ਦੇ ਏਰੀਏ 'ਚ ਮੋਰ ਦੈਨ 200 ਤੋਂ ਉੱਪਰ ਸੋ ਕਾਲ ਜਿਹੜੇ ਖਾਲਿਸਤਾਨ ਨਾਲ ਕਨੈਕਟਡ ਹੈ ਪੇਡ ਬੰਦੇ ਆ। ਹੋਰ ਕੋਈ ਮੈਨੂੰ ਪੁੱਛੇ, ਮੈਨੂੰ ਪੁੱਛਦੇ ਸੀ, ਕਹਿੰਦਾ ਤੂੰ ਵੀ ਤਾਂ ਪਹਿਲਾਂ ਸੀਗਾ। ਬਿਲਕੁਲ ਬਾਈ ਮੈਂ ਸੀਗਾ, ਪਰ ਜਦ ਮਨ ਸੋਚਣ ਲੱਗਦਾ ਨਾ ਕਿ ਮੈਂ ਵੀ ਡੀਪਲੀ ਜਾਓ ਜੜ 'ਚ, ਇਹ ਸਾਰਾ ਕੁਛ ਸ਼ੁਰੂ ਕਿੱਥੋਂ ਹੋਇਆ, ਕਿਉਂਕਿ ਇੱਕ ਹੁੰਦਾ ਸਰਕਮਸਟੈਂਸ਼ੀਅਲ ਐਵੀਡੈਂਸ, ਹਾਲਾਤ ਇਹ ਗੱਲ ਦੇ ਸਬੂਤ ਹੈ, ਕਾਨੂੰਨ ਵੀ ਬਣਦਾ ਸਰਕਮਸਟੈਂਸ਼ੀਅਲ। ਉੱਥੇ ਜਾ ਕੇ ਮੈਨੂੰ ਜਦ ਚੀਜ਼ਾਂ ਆਈਆਂ, ਫੇਰ ਕਪਾਟ ਖੁੱਲ੍ਹੇ ਆ ਬ੍ਰੇਨ ਦੇ, ਦਸਮ ਗ੍ਰੰਥ ਆਹੀ ਹੈ ਨਾ, ਦਿਮਾਗ ਹੀ ਹੈ, ਇਹ ਖੁੱਲ੍ਹੇ ਵੀ ਮਾਈ ਗੁਰਦਸ ਗੱਲ ਹੋ ਰਿਹਾ ਹੁਣ, ਚਾਹੇ ਤੁਹਾਡਾ ਆਹ ਹੈਗਾ ਕਿ ਨਾ ਅਜਮੇਰ ਸਿੰਘ ਹੋਇਆ, ਹੋਰ ਹੋਇਆ, ਬਹੁਤ ਲੰਬੀ ਗੱਲ ਨਾ ਕਰਾਂ ਮੈਂ, ਇੱਥੇ ਖੋਰ ਅਜੇ ਵੀ ਹੈ ਬਹੁਤ, ਇਹਦਾ ਇਹਨਾਂ ਦਾ ਮੋਹਰੀ ਸੀਗਾ ਦਲ ਖਾਲਸਾ ਦਾ ਕਿਹੜਾ ਠੇਕੇਦਾਰ, ਹੁਣ ਜੂਨ 84 ਚ ਐਵਰੀ ਈਅਰ ਇਕੱਠ ਹੁੰਦਾ, ਮੈਂ ਵੀ ਜਾਂਦਾ ਹੁੰਦਾ ਕਿਸੇ ਟਾਈਮ, ਤਾਂ ਮੈਂ 1997 ਦੇ ਬਾਅਦ ਬੰਦੇ ਕਰ ਦਿੱਤਾ ਸੀਗਾ, ਉਹ ਬੰਦਾ ਸਟੇਜ ਤੇ ਖੜ ਕੇ ਕੀ ਕਹਿ ਰਿਹਾ, ਹਜ਼ਾਰਾਂ ਦਾ ਇਕੱਠਾ ਦੇਖੋ ਲੰਡਨ ਦੇ ਅੰਦਰ, ਕਹਿੰਦਾ ਮੈਂ ਨਾਰਾ ਲਾਊਂਗਾ ਖੂਨ ਦਾ ਵੱਡਾ, ਤੁਸੀਂ ਕਿਉਂ ਖੂਨ, ਉਹ ਕਹਿ ਰਿਹਾ ਖੂਨ ਦਾ ਵੱਡਾ, ਸਾਰੇ ਕਹਿ ਰਹੇ ਖੂਨ, ਉਹ ਬੰਦੇ ਨੂੰ ਕਿਉਂ ਨੀ ਕਿਸੇ ਇੰਟੈਲੀਜੈਂਸ ਨੇ ਰੋਕਿਆ, ਜਸਟ ਮਤਲਬ ਇਹ ਤੁਸੀਂ ਹੈ ਸਰਕਮਸਟੈਂਸ਼ੀਅਲ ਐਵੀਡੈਂਸ ਕਿਉਂ ਨੀ, ਆ ਇਹਨਾਂ ਦਾ ਹੈਗਾ ਮਤਲਬ ਏਡੇ ਵੱਡੇ ਆਪਣੇ ਆਪ ਨੂੰ ਇੱਥੇ ਆ ਕੇ, ਫਿਰ ਹਾਂ ਇੱਕ ਏਡਾ ਵਰਡ ਯੂਜ ਕਰ, ਵਰਡ ਦੀ ਗੱਲ ਛੱਡ ਦਿਓ, ਕਦੇ ਇਹੋ ਜਿਹੇ ਬੰਦਿਆਂ ਨਾਲ ਜਿਹੜੀ ਮੇਰੀ ਗੱਲ ਸੁਣ ਰਹੇ ਆ, ਉਹ ਇਹੋ ਜਿਹੇ ਬੰਦਿਆਂ ਨਾਲ ਥੋੜ੍ਹੀ ਜਨਰਲ ਨੌਲੇਜ ਗੱਲ ਕਰਕੇ ਦੇਖੋ, ਤੁਹਾਨੂੰ ਪਤਾ ਚੱਲ ਜਾਊਗਾ ਇਹਨਾਂ ਦੀ ਖੋਪੜੀ 'ਚ ਹੈਗਾ ਕੀ, ਕੱਖ ਨਹੀਂ ਪਤਾ ਇਹਨਾਂ ਨੂੰ, ਹੈ ਨਹੀਂ ਹੈ ਨਹੀਂ, ਬਿਨਾਂ ਜਿਹੜੇ ਖੋਪੜੀ ਪੱਖੋਂ ਖਾਲੀ ਆ ਨਾ, ਉਹੀ ਇਸ ਬੰਦੇ ਪਾਸੇ ਨੂੰ ਤੁਰਦੇ ਆ। ਉਦੋਂ ਵੀ ਤੁਸੀਂ ਕਿਸੇ ਵੀ ਬੰਦੇ ਨੂੰ, ਦੋ ਤਰ੍ਹਾਂ ਦੇ ਬੰਦੇ ਤੁਰੇ ਹੋਣਗੇ, ਜਾਂ ਤਾਂ ਪੋਲੀਟੀਕਲੀ ਮੋਟੀਵੇਟਡ, ਜਿਹੜੇ ਹਰਮਿੰਦਰ ਸੰਧੂ ਵਰਗੇ ਬੰਦੇ ਸੀ ਨਾ, ਉਹ ਇਸ ਸਾਜਿਸ਼ ਨਾਲ, ਇਸ ਪਲੈਨ ਨਾਲ ਤੁਰੇ ਹੋ ਸੀਗੇ, ਕੁੱਕੀ ਗਿੱਲ ਹੋਣੀ ਆ, ਜਿੰਦੇ ਹੋਣੀ ਆ, ਭਈ ਜਦੋਂ ਭਿੰਡਰਾਂ ਵਾਲੇ ਦੇ ਇਸ ਸੰਘਰਸ਼ ਦੇ ਵਿੱਚ ਜਦੋਂ ਸਰਕਾਰ ਨਾਲ ਬੈਠ ਕੇ ਗੱਲ ਹੋਣੀ ਆ, ਹਾਂਜੀ, ਤੁਸੀਂ ਨਾ ਸਰਾਬੇ ਨੂੰ ਪੜ੍ਹ ਕੇ ਦੇਖੋ, ਊਧਮ ਸਿੰਘ ਨੂੰ ਪੜ੍ਹ ਕੇ ਦੇਖੋ, ਤੇ ਉਹਦੇ ਬਰਾਬਰ ਭਗਤ ਸਿੰਘ ਨੂੰ ਪੜ੍ਹ ਕੇ ਦੇਖੋ। ਬਿਲਕੁਲ ਹਾਂਜੀ ਠੀਕ ਹੈ। ਊਧਮ ਸਿੰਘ ਦੇ ਵੇਲੇ 'ਚ ਤਾਂ ਭਗਤ ਸਿੰਘ ਦੇ ਵੇਲੇ 'ਚ ਫਰਕ ਇਹ ਸੀ ਵੀ ਜੋ ਕੁਛ ਇਟਲੀ ਵਿੱਚ ਵਾਪਰਿਆ, ਜੋ ਕੁਛ ਰਸ਼ੀਆ ਵਿੱਚ ਵਾਪਰਿਆ, ਭਗਤ ਸਿੰਘ ਦੇ ਪਿਕਚਰ 'ਚ ਆਉਣ ਤੋਂ ਜਸਟ ਪਹਿਲਾਂ ਜਿਹੜੀ ਸੰਸਾਰ ਜੰਗ ਆ ਉਹ ਖਤਮ ਹੋ ਚੁੱਕੀ ਆ ਪਹਿਲੀ, ਉਹਦੇ ਜਿਹੜੇ ਸਿੱਟੇ ਆ ਉਹ ਨਿਕਲ ਚੁੱਕੇ ਆ, ਲੈਨਨ ਦਾ ਕਬਜ਼ਾ ਹੋ ਚੁੱਕਾ, ਰਸ਼ੀਆ ਦੇ ਨਾਲ ਚੰਗੇ ਸੰਬੰਧ, ਰਸ਼ੀਆ 'ਚੋਂ ਬਹੁਤ ਸਾਰਾ ਲਿਟਰੇਚਰ ਪੰਜਾਬ 'ਚ ਆਉਣ ਲੱਗ ਪਿਆ, ਉਹਨਾਂ ਦੇ ਦਿਮਾਗ ਕਾਲਜ ਪੜ੍ਹੇ ਲਿਖੇ ਬੰਦੇ ਆ ਭਗਤ ਸਿੰਘ ਹੁਣੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਸ ਤਰੀਕੇ ਨਾਲ ਆਹ ਪ੍ਰਾਪਤ ਕਰਕੇ ਇਹਨਾਂ ਨੂੰ ਕੱਢ ਕੇ ਅੰਗਰੇਜ਼ਾਂ ਨੂੰ ਇੱਥੇ ਰਾਜ ਆਊ, ਮਤਲਬ ਇੱਦਾਂ ਦੀ ਮੋਟੀਵੇਸ਼ਨ ਲੈ ਕੇ ਉਹ ਬੰਦੇ ਦਾਖਲ ਹੋਏ। ਵਾਹ, ਇਸ ਸੰਘਰਸ਼ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਬੰਦੇ ਆ ਉਹ ਇੱਦਾਂ ਇਹ ਆ ਵੀ ਭਿੰਡਰਾਂ ਵਾਲਾ ਇਹ ਲੜਾਈ ਆ, ਇਹ ਟਕਸਾਲੀ ਬੰਦੇ ਆ,
ਜਦੋਂ ਰੌਲਾ ਪੈਣਾ ਆ, ਜਦੋਂ ਸਰਕਾਰ ਨੇ ਕਹਿਣਾ ਬੈਠ ਕੇ ਗੱਲ ਕਰੋ, ਟੇਬਲ ਤੇ ਅਸੀਂ ਬੈਠਾਂਗੇ। ਆਹ ਵੀ ਆ ਵੀ ਜੀ, ਇੱਕ ਹੋਰ ਆ ਰਿਹਾ ਮੱਧ ਪ੍ਰਦੇਸ਼ ਚ ਜਬਲਪੁਰ ਚ, ਠੀਕ ਆ। ਮੈਂ ਬਹੁਤ ਇੱਕ ਗੱਲ ਕਹਿਣੀ ਚਾਹ ਰਿਹਾ ਕਿ ਜਦ ਉੱਥੇ ਰੌਲੇ ਸੀਗੇ ਪੰਜਾਬ ਚ, ਆਏ ਦਿਨ ਪੇਪਰ ਦੇ ਹੈਡਲਾਈਨ ਹੁੰਦੀਆਂ ਸੀਗੀਆਂ ਕਿ ਅੱਜ ਬੱਸ ਤੋਂ ਬੰਦੇ ਹਿੰਦੂ ਅੱਡ ਕਰਕੇ, ਸਿੱਖ ਅੱਡ ਕਰਕੇ ਹਿੰਦੂ ਮਾਰਤੇ, ਇੱਥੇ ਭੱਠੇ ਤੇ ਮਜ਼ਦੂਰ ਬੈਠੇ ਮਾਰਤੇ, ਲੋਕ ਅੰਦਰੋਂ ਉਬਲੇ ਪਏ ਸੀ ਉਬਲੇ। ਜਿੰਨਾ ਨੁਕਸਾਨ ਪੰਜਾਬ ਦੇ ਬਾਹਰ ਹੋਏ ਨਾ ਇੰਦਰਾ ਮਾਰਨ ਦੇ ਬਾਅਦ, ਜਿਹੜਾ ਸਿੱਖਾਂ ਦਾ ਬੇਨ ਵਜ੍ਹਾ ਇਹੋ ਜਿਹੇ ਬੰਦਿਆਂ ਕਰਕੇ ਸੀ ਜਿਨ੍ਹਾਂ ਨੇ ਉੱਥੇ ਆ ਕੰਮ ਕਰ ਰਹੇ, ਇਹੋ ਜਿਹੇ ਕੰਮ ਕੀਤੇ ਜੀ ਪੰਜਾਬ 'ਚ, ਲੋਕ ਖਿਜੇ ਬੈਠੇ ਜੀ, ਮਤਲਬ ਜਵਾਲਾਮੁਖੀ ਵਾਂਗੂ ਉਹ ਫਟੀ ਇਕਦਮ। ਹੁਣ ਠੀਕ ਹੈ ਸਰਕਾਰਾਂ ਹੁੰਦੀਆਂ, ਪਰ ਪੂਰਾ ਦੋਸ਼ ਇੱਕ ਪਾਸੇ ਦੇਈ ਜਾਓ ਤਾਂ ਇਹਨਾਂ ਨੂੰ ਕਲੀਨ ਚਿੱਟ ਕਿਵੇਂ ਮਿਲ ਜਾਂਦੀ। ਹੁਣ ਮੈਂ ਇੱਥੇ ਗੱਲ ਕਰ ਰਿਹਾ, ਮੈਨੂੰ ਪਤਾ ਨਾ, ਮੈਨੂੰ ਹੋ ਸਕਦਾ ਠੀਕ ਹੈ ਆਣ ਕੋਈ ਫੋਨ ਜਾਂ ਕੁਛ ਵੀ, ਉਹਦਾ ਮੈਨੂੰ ਕੋਈ ਮਤਲਬ ਡਰ ਨਹੀਂ ਹੁੰਦਾ ਕਿਸੇ ਚੀਜ਼ ਦਾ। ਲੋਕਾਂ ਨੂੰ ਵੀਰ ਜੀ ਪਤਾ, ਜਿਵੇਂ ਤੁਸੀਂ ਕਰਦੇ ਹੋ, ਤੁਸੀਂ ਚਲੋ ਡਿਟੇਲ 'ਚ ਗੱਲ ਕਰਦੇ ਹੋ ਬਹੁਤ, ਉਹ 99% ਬੰਦੇ ਬੋਲਦੇ ਨਹੀਂ, ਮੂੰਹ ਨਹੀਂ ਖੋਲਦੇ, ਕਹਿੰਦੇ ਛੱਡ ਯਾਰ ਆਪਾਂ ਕੀ ਲੈਣਾ। ਐਨੀਵੇ ਤੁਹਾਡਾ ਥੈਂਕ ਯੂ ਬਹੁਤ, ਤੁਸੀਂ ਟਾਈਮ ਦਿੱਤਾ। ਨਹੀਂ ਧੰਨਵਾਦ ਜੀ, ਧੰਨਵਾਦ, ਨੋ ਪ੍ਰੋਬਲਮ। ਤੇ ਦੂਆ ਹੋਰ ਇੱਕ ਵਰਡ ਜਿਹੜਾ ਮੈਂ ਦੱਸਦਾ, ਮੈਂ ਕਿਹਾ ਜਨਰਲ ਨੌਲੇਜ ਗੱਲ ਛੱਡੋ, ਹੁਣ ਇਹ ਆਮ ਕਹਿੰਦੇ ਸੋਧਾ ਲਾਤਾ ਜੀ, ਸੋਧਾ ਕਿਸੇ ਟਾਈਮ ਮੇਰੇ ਮੂੰਹੋਂ ਵੀ ਕਦੇ ਨਿਕਲਦਾ ਜੀ, ਫਿਰ ਜਦ ਮੈਂ ਗੁਰਬਾਣੀ ਪੜ੍ਹਨ ਲੱਗਿਆ, ਇਹ ਤਾਂ ਬਹੁਤ ਸੋਹਣਾ ਵਰਡ ਆ, ਸੋਧਾ ਮਤਲਬ ਸੁੱਧ ਕਰ ਲਓ, ਠੀਕ ਕਰ ਲਓ, ਇਹ ਕੰਮ ਨੂੰ ਸੋਧਾ ਲਾ ਲਓ। ਇਹ ਬੰਦਿਆਂ ਹੁਣ ਡੱਲੇਵਾਲ ਬਾਰੇ ਅਸੀਂ ਉਹ ਕਰਤਾ, ਟੀਵੀ ਤੇ ਬਹਿ ਕੇ ਬੰਦਾ ਗੱਲ ਕਰ ਰਿਹਾ, ਬਹੁਤ ਖਤਰਨਾਕ ਚੀਜ਼ ਹੈ। ਇੱਥੇ ਇਹਨਾਂ ਨੂੰ ਕਿਉਂ ਨੀ ਕੋਈ ਉੱਪਰ ਆਫਕੌਮ ਹੁੰਦਾ, ਤੁਹਾਨੂੰ ਪਤਾ ਆਫਕੌਮ ਕੁੰਡਾ ਹੁੰਦਾ ਉੱਪਰ, ਕੋਈ ਖਬਰ ਇਹਨਾਂ ਨੂੰ ਮੈਸੇਜ ਕਰੇ, ਐਕਸ਼ਨ ਲਿਆ ਜਾਂਦਾ, ਟੀਵੀ ਹੋਵੇ ਚਾਹੇ ਰੇਡੀਓ ਸਟੇਸ਼ਨ ਹੋਵੇ। ਹੁਣ ਫਰਜ਼ ਕਰ ਲਓ, ਇਗਜ਼ਾਮਪਲ, ਮੇਰੇ ਵਰਗਾ ਬੰਦਾ ਕੰਪਲੇਨ ਕਰ ਦੇਵੇ ਨਾ, ਮੈਂ ਕਿਸੇ ਟਾਈਮ ਕਿਸੇ ਰੇਡੀਓ ਦੀ ਕੀਤੀ ਸੀ, ਉਹ ਕਹਿੰਦਾ ਸਾਨੂੰ ਪ੍ਰੋਗਰਾਮ ਦਾ ਨਾਮ ਦੱਸੋ, ਦਿਨ ਦੱਸੋ, ਟਾਈਮ ਦੱਸੋ, ਉਹ ਵਾਰਨਿੰਗ ਦਿੰਦੇ ਆ ਫਿਰ ਜੇ ਕੋਈ ਬੰਦਾ ਕਰੇ। ਐਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਥੈਂਕ ਯੂ ਟਾਈਮ ਦਿੱਤਾ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਕੋਈ ਸ਼ੱਕ ਨਹੀਂ ਜੀ, ਉਹ ਚੀਜ਼ ਨੂੰ ਜੇ ਜੇ ਇਹਨਾਂ ਦੇ ਹਾਲਾਤ ਨੂੰ ਸਮਝ ਲਵਾਂਗੇ ਨਾ, ਕਨੇਡਾ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਵੀ ਜਦੋਂ ਦੀਪਾ ਹੀਰਾਂ ਵਾਲਾ, ਜਿਨ੍ਹਾਂ ਦਿਨਾਂ 'ਚ ਉਹਦੀ ਡੈਥ ਹੋਈ ਆ, ਉਹ ਤੋਂ ਕੁਛ ਟਾਈਮ ਪਹਿਲਾਂ ਉਹਦੀ ਮੰਗੇਤਰ ਦੱਸਦੀ ਸੀ, ਉਹ ਕੁੜੀ ਕਨੇਡਾ ਗਈ। ਇੱਦਾਂ ਦੇ ਕੇਸ ਤੁਹਾਨੂੰ ਬਹੁਤ ਸਾਰੇ ਮੁਲਕਾਂ 'ਚ ਮਿਲ ਜਾਣਗੇ, ਜਿੱਥੇ ਕੁੜੀਆਂ ਆਪਣੇ ਆਪ ਨੂੰ ਵਿਧਵਾਵਾਂ ਦੱਸਣ ਲੱਗ ਪੈਂਦੀਆਂ, ਕਿਉਂਕਿ ਸਤਵੰਤ ਸਿੰਘ ਦੀ ਡੈਥ ਤੋਂ ਬਾਅਦ ਜਿਹੜੀ ਲੜਕੀ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਸ਼ਾਇਦ ਫੋਟੋ ਨਾਲ ਵਿਆਹ ਵੀ ਹੋਇਆ ਸੀ, ਉਹ ਸਾਰਿਆਂ ਨੂੰ ਪਤਾ ਵੀ ਉਹ ਇੱਦਾਂ, ਹਾਲਾਂਕਿ ਉਹਨੂੰ ਮਿਲੀ, ਸਤਵੰਤ ਸਿੰਘ ਨੂੰ ਨਹੀਂ ਮਿਲੀ ਉਹ, ਪਰ ਉਹ ਆਪਣੇ ਆਪ ਨੂੰ ਉਹਦੀ ਵਿਧਵਾ ਦੱਸਦੀ ਸੀ ਵੀ ਹੁਣ ਮੈਂ ਦੁਬਾਰਾ ਵਿਆਹ ਨਹੀਂ ਕਰਾਉਣਾ। ਇਹ ਕੁੜੀ ਨੇ ਵੀ ਕਨੇਡਾ ਜਾ ਕੇ ਇਹ ਡਰਾਮਾ ਜਿਹੜਾ ਕਿੰਨਾ ਚਿਰ ਕੀਤਾ ਵੀ ਮੈਂ ਵਿਆਹ ਨਹੀਂ ਕਰਾਉਣਾ, ਮੈਂ ਉਹਦੀ ਵਿਧਵਾ ਹਾਂ। ਮੰਗੇਤਰ ਸੀ ਸ਼ਾਇਦ ਉਹਦੀ ਗਰਲਫ੍ਰੈਂਡ ਹੋਊਗੀ, ਜਿੱਦਾਂ ਵੀ ਸੀ, ਜਾਣੀ ਉਹ ਆਉਣਾ ਚਾਹੁੰਦਾ ਸੀ, ਉਹ ਨਹੀਂ ਆ ਸਕਿਆ, ਗੜੇ ਵਾਲੇ ਭਾਗ ਦੇ ਨਾਲ ਉਹਦਾ ਝਗੜਾ ਹੋ ਗਿਆ, ਠੀਕ ਹੈ, ਉਹ ਆ ਗਈ ਉੱਥੇ। ਸ਼ਾਇਦ ਲੱਖਾਂ ਡਾਲਰ ਇਕੱਠੇ ਉਸ ਟਾਈਮ ਵਿੱਚ ਕੀਤੇ ਹੋਣ, ਅਤੇ ਬਾਅਦ ਵਿੱਚ ਕਿਹਦੇ ਨਾਲ ਵਿਆਹ ਕਰਾਇਆ ਉਹਨੇ, ਉਸ ਵੇਲੇ ਤੁਹਾਨੂੰ ਕਿਰਦਾਰ ਦਾ ਪਤਾ ਨਹੀਂ ਲੱਗਦਾ, ਉਹ ਬੰਦਾ ਵਿਆਹਿਆ ਨਹੀਂ ਸੀ ਪਹਿਲਾਂ।
ਡਿਵੋਰਸ ਹੋ ਗਿਆ ਸੀ ਉਹਦਾ। ਤੁਹਾਡੀਆਂ ਆਪਣੀਆਂ ਪਤਾ ਨਹੀਂ ਕਿੰਨੀਆਂ ਕਹਾਣੀਆਂ ਨਿਕਲਣੀਆਂ ਥੱਲਿਆਂ, ਜਦੋਂ ਜੜ੍ਹਾਂ ਤੱਕ ਜਾਣਾ ਕਿਸੇ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ। ਤੁਸੀਂ ਕਿਉਂ ਨਹੀਂ ਕਹਿੰਦੇ ਵੀ ਇੱਕ ਮੋਟਿਵ ਸੀ, ਲੀਡਰਾਂ ਨੂੰ ਖਰੀਦਿਆ ਗਿਆ, ਉਹਨਾਂ ਨੂੰ ਭਰਮਾਇਆ ਗਿਆ, ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਗਿਆ, ਉਹਨੂੰ ਗਲਤ ਇਨਫੋਰਮੇਸ਼ਨ ਦਿੱਤੀ ਗਈ ਆ। ਜਦੋਂ ਜਦੋਂ ਉਦੋਂ ਕੇ ਜਾਂ ਅਜਮੇਰ ਸਿੰਘ ਇਹ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਇੱਕ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਆ, ਕੀ ਗੱਲ ਉਸ ਵੇਲੇ ਇੱਦਾਂ ਦੀ ਸਮੱਸਿਆ ਸੀ ਕੋਈ ਪੰਜਾਬ ਦੇ ਵਿੱਚ? ਅਸੀਂ ਜਦੋਂ ਇਹ ਕਹਿੰਦੇ ਹਾਂ ਵੀ ਪੰਜਾਬ ਬਾਰਡਰ ਦੇ ਉੱਤੇ ਆ, ਸਰਕਾਰਾਂ ਜਾਣ ਬੁੱਝ ਕੇ ਪਾਕਿਸਤਾਨ ਵਾਲੇ ਪਾਸਿਓਂ ਨਸ਼ੇ ਦੀ ਸਮਗਲਿੰਗ ਕਰਵਾ ਕੇ ਖੁੱਲ੍ਹਾ ਨਸ਼ਾ ਵੰਡ ਰਹੀਆਂ, ਠੀਕ ਹੈ ਨਾ। ਹੁਣ ਇਹ ਤਰਕ ਦੇਣ ਲੱਗਿਆਂ ਕਦੇ ਇਹ ਸੋਚਿਆ ਵੀ ਜੇ ਕਿਸੇ ਨੇ ਸਾਨੂੰ ਪੁੱਛ ਲਿਆ ਵੀ ਪੰਜਾਬ ਦਾ ਜਿਹੜਾ ਹਿੰਦੂ ਆ ਉਹ ਕਿੰਨੇ ਪਰਸੈਂਟ ਮਰ ਰਿਹਾ ਨਸ਼ੇ ਖਾ ਕੇ, ਜੇ ਕਿਸੇ ਨੇ ਇਹ ਪੁੱਛ ਲਿਆ ਵੀ ਬਿਹਾਰ ਤੋਂ ਪੰਜਾਬ ਵਿੱਚ ਆਇਆ ਹੋਇਆ ਭਈਆ ਕਿੰਨੀ ਗਿਣਤੀ 'ਚ ਮਰ ਰਿਹਾ ਨਸ਼ੇ ਖਾ ਕੇ, ਇਹ ਜ਼ਿਮੀਦਾਰਾਂ ਦੇ ਸਿੱਖਾਂ ਦੇ ਸੰਬੰਧ ਵਿੱਚ ਕਿਉਂ ਗੱਲ ਕਹੀ ਜਾਂਦੀ? ਉਹ ਇੱਦਾਂ ਦੀ ਮੁਹਿੰਮ ਪੰਜਾਬ ਦੇ ਵਿੱਚ ਚੱਲਦੀ ਹੈ? ਪੰਜਾਬ ਸਰਕਾਰਾਂ ਕਿਹਨਾਂ ਦੀਆਂ ਆ? ਕਿੰਨੀ ਵਾਰ ਸੈਂਟਰ ਵਿੱਚ ਕਾਂਗਰਸ ਦੀ ਸਰਕਾਰ ਰਹੀ ਆ? ਜਦੋਂ ਸੈਂਟਰ ਵਿੱਚ ਕਾਂਗਰਸ ਸੀ, 'ਗਿਆਨੀ ਜੈਲ ਸਿੰਘ ਦੇ ਟਾਈਮ ਕਿੰਨਾ ਚਿਰ ਭਿੰਡਰਾਂਵਾਲੇ ਦੇ ਸੰਬੰਧ ਰਹੇ 'ਗਿਆਨੀ ਜੈਲ ਸਿੰਘ ਦੇ ਨਾਲ? ਤਾਂ ਜੇ ਸੈਂਟਰ ਪੰਜਾਬ 'ਚ ਨਸ਼ੇ ਵਰਤਾ ਰਿਹਾ ਸੀ, ਭਿੰਡਰਾਂਵਾਲੇ ਨੇ ਕਿਉਂ ਨਹੀਂ ਗਿਆਨੀ ਜੈਲ ਸਿੰਘ ਨਾਲ ਗੱਲ ਕੀਤੀ? ਜਦੋਂ ਸੈਂਟਰ ਵਿੱਚ ਭਾਜਪਾ ਆ, ਪੰਜਾਬ ਵਿੱਚ ਬਾਦਲ ਆ, ਜੇ ਨਹੀਂ ਵੀ ਜਦੋਂ ਸੈਂਟਰ ਵਿੱਚ ਭਾਜਪਾ ਬੈਠੀ ਆ, ਪੰਜਾਬ 'ਚ ਬਾਦਲ ਪਾਵਰ ਵਿੱਚ ਹੈਗੇ ਜਾਂ ਨਹੀਂ ਹੈਗੇ, ਜਦੋਂ ਉਹਨਾਂ ਦੀ ਸਾਂਝ ਭਿਆਲੀ ਹੈ ਪੰਥਕ ਪਾਰਟੀ, ਇਹਨਾਂ ਨੇ ਕਿਉਂ ਨਹੀਂ ਉਹਨਾਂ ਨੇ ਗੱਲ ਕੀਤੀ ਵੀ ਪੰਜਾਬ 'ਚ ਨਸ਼ਾ ਕਿਉਂ ਵਰਤਾ ਰਹੇ ਵੀ ਤੁਸੀਂ? ਪੰਜਾਬ ਦੇ ਵਿੱਚ ਨਸ਼ੇ ਦੀ ਸਮਗਲਿੰਗ ਕਰਨ ਵਾਲੇ ਕਿੰਨੇ ਉਹ ਬੰਦੇ ਆ ਜਿਹੜੇ ਬਾਦਲਾਂ ਨਾਲ ਸੰਬੰਧਿਤ ਆ? ਪਾਕਿਸਤਾਨ ਵਿੱਚ ਜਿਹੜੇ ਬੰਦੇ ਬੈਠੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਵਧਾਵਾ ਸਿੰਘ ਹੋਣੀ, ਮਹਿਲ ਸਿੰਘ ਹੋਣੀ, ਪੰਜਵੜ ਹੋਣੀ, ਜਿੰਨੇ ਬੰਦੇ ਉੱਥੇ ਬੈਠੇ ਸੀ, ਜਸਪੀਰ ਸਿੰਘ ਰੋਡੇ ਦਾ ਭਰਾ ਸੀ, ਇਹਨਾਂ ਦਾ ਧੰਦਾ ਕਹਦਾ ਸੀ ਉੱਥੇ? ਹੁਣ ਅਸੀਂ ਜਦੋਂ ਸਫਾਈ ਦੀ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਇੱਦਾਂ ਕਿਹਾ ਵੀ ਲੱਚਰ ਗਾਇਕੀ ਨਹੀਂ ਹੋਣੀ ਚਾਹੀਦੀ, ਬਰਾਤਾਂ ਦੇ ਵਿੱਚ ਬੰਦੇ ਨਹੀਂ ਹੋਣੇ ਚਾਹੀਦੇ, ਇਹ ਸਮੱਸਿਆ ਸੀ ਉਸ ਵੇਲੇ? ਕੁੜੀਆਂ ਦੇ ਪਤਾ ਕਿੱਦਾਂ ਦੇ ਸੁਪਨੇ ਹੁੰਦੇ ਆ ਵੀ ਮੇਰੀ ਬਰਾਤ ਕਿੱਦਾਂ ਦੀ ਆਵੇ? ਕਦੇ ਔਰਤ ਦੇ ਕਿਸੇ ਫੀਮੇਲ ਦੇ ਦਿਮਾਗ ਵਿੱਚ ਬੈਠ ਕੇ ਦੇਖਿਓ, ਉਹ ਕੀ ਚਾਹੁੰਦੀ ਆ ਵੀ ਮੇਰਾ ਵਿਆਹ ਇਹ ਦਿਨ ਕਿੱਦਾਂ ਦਾ ਯਾਦਗਾਰ ਬਣੇ? ਔਰ ਪੰਜਾਬ ਵਰਗੀ ਸਟੇਟ ਦੇ ਵਿੱਚ ਨਾ ਕੋ ਵੱਡਾ ਸਿੰਗਰ ਸੀ, ਨਾ ਕੋ ਇੱਦਾਂ ਦੇ ਸਿਨੇਮੇ ਸੀ, ਨਾ ਕੋ ਇੱਦਾਂ ਦੀ ਟੂਰਿਸਟ ਪਲੇਸ ਸੀਗੀ, ਕੋਈ ਸਮੁੰਦਰ ਦਾ ਕੰਢਾ ਨਹੀਂ, ਕੋਈ ਬੀਚ ਨਹੀਂ, ਲੋਕ ਜਾਂਦੇ ਕਿੱਥੇ ਸੀ? ਫਨ ਕਰਨ ਲਈ ਸੀਗਾ ਕੀ ਉਹਨਾਂ ਦੇ ਕੋਲ? ਜੇ ਐਵਰੇਜ, ਮੈਂ 87 ਦੇ ਵਿੱਚ ਇੱਥੇ ਆਇਆ, ਤੁਸੀਂ 87 ਤੱਕ ਐਵਰੇਜ ਪਿੰਡ ਦੇ ਵਿੱਚ ਕੈਲਕੂਲੇਸ਼ਨ ਕਰਕੇ ਦੇਖੋ ਵੀ ਕਿੰਨੇ ਚਿਰ ਬਾਅਦ ਕਿਸੇ ਗਾਉਣੇ ਵਾਲੇ ਦਾ ਖੜਾ ਲੱਗਦਾ ਸੀ,
ਕਿੰਨੇ ਸਾਲਾਂ ਬਾਅਦ, ਇੱਦਾਂ ਦੇ ਵੀ ਤੁਹਾਨੂੰ ਪਿੰਡ ਮਿਲ ਜਾਣੇ ਜਿੱਥੇ 20-20 ਸਾਲ 20-20 ਸਾਲ ਵੀ ਕੋਈ ਬਾਹਰੋਂ ਆ ਕੇ ਸਿੰਗਰ ਨਹੀਂ ਲੱਗਿਆ, ਤੇ 15-15-20-20 ਕਿਲੋਮੀਟਰ ਦੂਰ ਤੱਕ ਕੋਈ ਥੀਏਟਰ ਨਹੀਂ ਸੀਗਾ। ਕਿੰਨੇ ਪਰਸੈਂਟ ਪਿੰਡ ਦੀਆਂ ਔਰਤਾਂ ਹੋਣੀਆਂ ਜਿਹਨਾਂ ਨੂੰ ਪਿੰਡ ਤੋਂ ਬਾਹਰ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਕਦੇ। ਕਦੇ 3-4 ਸਾਲ ਬਾਅਦ ਰਿਸ਼ਤੇਦਾਰਾਂ ਦੇ ਵਿਆਹ ਆਇਆ, ਚਲ ਗਏ, ਕਿਸੇ ਦੇ ਕੋਈ ਮਰ ਗਿਆ, ਮਕਾਣੀ ਚਲ ਗਈਆਂ, ਨਹੀਂ ਤਾਂ ਪਿੰਡਾਂ 'ਚ ਬੈਠੇ ਸੀ ਉਹ। ਹੁਣ ਮਸੀਹ ਕਿਤੇ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ, ਠੀਕ ਹੈ, ਵਿਆਹ ਐਡੇ ਵੱਡੇ ਪੱਧਰ 'ਤੇ ਕਰ ਨਹੀਂ ਸੀ ਸਕਦੇ ਉਸ ਵੇਲੇ, ਉਦੋਂ ਕਿੰਨੇ ਇੱਦਾਂ ਦੇ ਹਾਲ ਹੁੰਦੇ ਸੀ, ਬੈਂਕਟ ਹਾਲ ਜਿਹੜੇ ਆ, ਸੱਭਿਆਚਾਰ ਗਰੁੱਪ ਪਹਿਲੀ ਵਾਰ ਕਦੋਂ ਬਣਨੇ ਸ਼ੁਰੂ ਹੋਏ ਆ, 85-6-7-8 ਦੀ ਗੱਲ ਕਰੀਏ, ਜਦੋਂ ਚਮਕੀਲਾ ਮਰਿਆ, ਜਦੋਂ ਅਸੀਂ ਕਹਿੰਦੇ ਵੀ ਬਰਾਤਾਂ ਜਾਣੀਆਂ ਬੰਦ ਕਰਤੀਆਂ, ਆਹ ਕਰਤਾ ਕਸਫਾਈ ਦੀ ਮੁਹਿੰਮ ਤੋਰੀ ਆ, ਉਸ ਵੇਲੇ ਤਾਂ ਸਮੱਸਿਆ ਹੀ ਨਹੀਂ ਸੀ, ਮਸੀ ਮਸੀ ਤਾਂ ਲੋਕਾਂ ਨੂੰ ਕਿਤੇ ਟਾਈਮ ਮਿਲਦਾ ਸੀ।